ਦੇਖੋ ਭਿਆਨਕ ਸੜਕੀ ਹਾਦਸਾ, ਇੱਥੇ ਇੱਕ ਨਹੀਂ ਦੋ ਨਹੀਂ ਸਗੋਂ ਪੰਜ ਕਾਰਾਂ ਆਪਸ ਦੇ ਵਿੱਚ ਟਕਰਾਈਆਂ ਨੇ, ਇੱਕ ਦੂਜੀ ਦੇ ਉੱਪਰ ਚੜ ਗਈਆਂ। ਦੱਸ ਦਈਏ ਕਿ ਮੂਹਰੇ ਪਹਿਲੀ ਕਾਰ ਦੇ ਕੁੱਤਾ ਆਇਆ ਤਾਂ ਉਸਨੇ ਇੱਕਦਮ ਬ੍ਰੇਕ ਲਗਾ ਦਿੱਤੀ, ਤਾਂ ਪਿੱਛੋਂ ਆ ਰਹੀਆਂ ਚਾਰ ਕਾਰਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਤੇ ਇਹ ਭਿਆਨਕ ਸੜਕੀ ਹਾਦਸਾ ਹੋ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਮਹਿਲਾ ਜ਼ਖਮੀ ਹੋਈ ਜਿਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਤਸਵੀਰਾਂ ਫਗਵਾੜਾ ਹਾਈਵੇ ਦੀਆਂ ਨੇ ਜਿੱਥੇ ਇਹ ਭਿਆਨਕ ਹਾਦਸਾ ਹੋਇਆ। ਦੱਸਿਆ ਜਾ ਰਿਹਾ ਇਹ ਹਾਦਸਾ ਗੁਰਾਇਆਂ ਦੇ ਨੇੜੇ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟਾਟਾ ਹੈਰੀਅਰ ਗੱਡੀ ਦੂਜੇ ਵਾਹਨ ਦੇ ਉੱਪਰ ਚੜ ਗਈ। ਇਸ ਹਾਦਸੇ ਦੇ ਵਿੱਚ ਪੰਜ ਵਾਹਨ ਆਪਸ ਦੇ ਵਿੱਚ ਟਕਰਾ ਗਏ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦੇ ਸਾਹਮਣੇ ਇੱਕ ਕੁੱਤਾ ਆਇਆ ਤੇ ਕਾਰ ਚਾਲਕ ਨੇ ਇੱਕਦਮ ਬ੍ਰੇਕ ਲਗਾ ਦਿੱਤੀ, ਤਾਂ ਪਿੱਛੋਂ ਆ ਰਹੀਆਂ ਚਾਰ ਕਾਰਾਂ ਆਪਸ ਦੇ ਵਿੱਚ ਗੈਪ ਨਾ ਹੋਣ ਕਰਕੇ ਭਿੜ ਗਈਆਂ। ਇੱਥੋਂ ਤੱਕ ਕਿ ਇੱਕ ਕਾਰ ਦੂਜੀ ਕਾਰ ਦੇ ਉੱਪਰ ਵੀ ਚੜ ਗਈ। ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਮੌਕੇ ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਮੁਲਾਜ਼ਮਾਂ ਦੇ ਵੱਲੋਂ ਜਾਮ ਨੂੰ ਖੁਲਵਾਇਆ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਗਵਾੜਾ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੰਜ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪਹਿਲੀ ਕਾਰ ਦੇ ਅੱਗੇ ਕੁੱਤਾ ਆਇਆ ਤਾਂ ਉਸਨੇ ਬ੍ਰੇਕ ਲਗਾ ਦਿੱਤੀ, ਪਿੱਛੋਂ ਆ ਰਹੀਆਂ ਚਾਰ ਕਾਰਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਨੇ। ਕਿੰਨੀਆਂ ਗੱਡੀਆਂ ਲੱਗੀਆਂ ਵਿੱਚ? 10 ਗੱਡੀਆਂ ਹੀ ਲੱਗੀਆਂ, 15। ਅੱਛਾ ਜੀ। ਇੱਕ ਤਾਂ ਉੱਤੇ ਹੀ ਚੜ ਗਈ, ਬਹੁਤ ਉੱਪਰ ਤੱਕ ਉਹ ਵੀ ਬਚ ਗਏ। ਅੱਛਾ ਜੀ। ਤੇ ਦੂਸਰੇ ਇੱਥੇ ਨੇ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਹਾਂਜੀ, ਅਸੀਂ ਫਲੋਰ ਜਾ ਰਹੇ। ਆਏ ਕਿੱਧਰੋਂ ਸੀਗੇ? ਅਸੀਂ ਬਿਆਸ ਤੋਂ ਆਏ ਹਾਂ। ਬਿਆਸ ਤੋਂ? ਤੇ ਸੱਟ ਚੋਟ ਤਾਂ ਹੀ ਲੱਗੀ? ਨਹੀਂ, ਬਚਾ ਹੋ ਗਿਆ, ਥੋੜਾ ਜਿਹਾ ਗੱਡੀ 'ਚ ਉਹ ਹੋਇਆ, ਹਾਂਜੀ, ਮੋਢੇ ਮਾਢੇ ਗਏ। ਹਾਂਜੀ, ਬਾਬਾ ਜੀ ਨੇ ਮਿਹਰ ਕਰਕੇ ਸਾਰਿਆਂ ਦੇ ਪੁੱਤ। ਹਾਈਵੇ 'ਤੇ ਐਕਸੀਡੈਂਟ ਹੋਇਆ ਸੀ। ਹਾਂਜੀ, ਮੌਕੇ 'ਚ ਆਏ, ਕਦੋਂ ਆਇਆ ਸੀ, ਆ ਕੇ ਗੱਡੀਆਂ ਦਾ ਨੁਕਸਾਨ ਆ, ਲਾਂਭੇ ਕਰਾਈਆਂ ਗਈਆਂ ਸਭ, ਇਹਦਾ ਰੋਡ ਟ੍ਰੈਫਿਕ ਚੱਲ ਗਈ ਸਰ। ਸਵਾਰੀ ਵਗੈਰਾ ਠੀਕ ਹੈ ਸਰ? ਹਾਂਜੀ, ਬਾਕੀ ਸਰ। ਅਤੇ ਗੱਡੀਆਂ ਦਾ ਨੁਕਸਾਨ ਹੋਇਆ? ਗੱਡੀਆਂ ਨੁਕਸਾਨ। ਕਿੰਨੀਆਂ ਗੱਡੀਆਂ ਲੱਗੀਆਂ ਜੀ? 5 ਗੱਡੀਆਂ ਨੇ। ਅਤੇ ਜਿਹੜੀਆਂ ਗੱਡੀ 'ਤੇ ਗੱਡੀ ਚੜ੍ਹੀ ਹੈ, ਕਾਰਨ ਕੀ ਸੀਗਾ? ਇੱਕ ਦੂਜੇ 'ਤੇ ਚੜ੍ਹ ਗਈਆਂ ਜਿਹੜੀਆਂ ਗੱਡੀਆਂ? ਇਹ ਨਹੀਂ ਸਰ ਪਤਾ, ਇਹ ਮੌਕੇ ਦੇ ਵਿੱਚ। ਇਹ ਸਪੀਡ ਕਿੰਨੀ ਕੁ ਸੀ ਇਹਨਾਂ ਦੀ? ਅਸੀਂ ਮੌਕੇ ਬਾਅਦ 'ਚ ਆਏ ਸਪੀਡ ਦਾ। ਅਤੇ ਕੋਈ ਹਸਪਤਾਲ ਵੀ ਗਿਆ ਇਹਨਾਂ 'ਚੋਂ ਕਿ ਸਾਰੇ ਸਹੀ ਆ? ਨਹੀਂ, ਸਾਰੇ ਸਹੀ ਹੈ। ਦੇਖੋ ਭਿਆਨਕ ਸੜਕੀ ਹਾਦਸਾ, ਇੱਥੇ ਇੱਕ ਨਹੀਂ ਦੋ ਨਹੀਂ ਸਗੋਂ ਪੰਜ ਕਾਰਾਂ ਆਪਸ ਦੇ ਵਿੱਚ ਟਕਰਾਈਆਂ ਨੇ, ਇੱਕ ਦੂਜੀ ਦੇ ਉੱਪਰ ਚੜ ਗਈਆਂ। ਦੱਸ ਦਈਏ ਕਿ ਮੂਹਰੇ ਪਹਿਲੀ ਕਾਰ ਦੇ ਕੁੱਤਾ ਆਇਆ ਤਾਂ ਉਸਨੇ ਇੱਕਦਮ ਬ੍ਰੇਕ ਲਗਾ ਦਿੱਤੀ, ਤਾਂ ਪਿੱਛੋਂ ਆ ਰਹੀਆਂ ਚਾਰ ਕਾਰਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਤੇ ਇਹ ਭਿਆਨਕ ਸੜਕੀ ਹਾਦਸਾ ਹੋ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇੱਕ ਮਹਿਲਾ ਜ਼ਖਮੀ ਹੋਈ ਜਿਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਤਸਵੀਰਾਂ ਫਗਵਾੜਾ ਹਾਈਵੇ ਦੀਆਂ ਨੇ ਜਿੱਥੇ ਇਹ ਭਿਆਨਕ ਹਾਦਸਾ ਹੋਇਆ। ਦੱਸਿਆ ਜਾ ਰਿਹਾ ਇਹ ਹਾਦਸਾ ਗੁਰਾਇਆਂ ਦੇ ਨੇੜੇ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟਾਟਾ ਹੈਰੀਅਰ ਗੱਡੀ ਦੂਜੇ ਵਾਹਨ ਦੇ ਉੱਪਰ ਚੜ ਗਈ। ਇਸ ਹਾਦਸੇ ਦੇ ਵਿੱਚ ਪੰਜ ਵਾਹਨ ਆਪਸ ਦੇ ਵਿੱਚ ਟਕਰਾ ਗਏ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦੇ ਸਾਹਮਣੇ ਇੱਕ ਕੁੱਤਾ ਆਇਆ ਤੇ ਕਾਰ ਚਾਲਕ ਨੇ ਇੱਕਦਮ ਬ੍ਰੇਕ ਲਗਾ ਦਿੱਤੀ, ਤਾਂ
ਪਿੱਛੋਂ ਆ ਰਹੀਆਂ ਚਾਰ ਕਾਰਾਂ ਆਪਸ ਦੇ ਵਿੱਚ ਗੈਪ ਨਾ ਹੋਣ ਕਰਕੇ ਭਿੜ ਗਈਆਂ। ਇੱਥੋਂ ਤੱਕ ਕਿ ਇੱਕ ਕਾਰ ਦੂਜੀ ਕਾਰ ਦੇ ਉੱਪਰ ਵੀ ਚੜ ਗਈ। ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਮੌਕੇ 'ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਮੁਲਾਜ਼ਮਾਂ ਦੇ ਵੱਲੋਂ ਜਾਮ ਨੂੰ ਖੁਲਵਾਇਆ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਗਵਾੜਾ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੰਜ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪਹਿਲੀ ਕਾਰ ਦੇ ਅੱਗੇ ਕੁੱਤਾ ਆਇਆ ਤਾਂ ਉਸਨੇ ਬ੍ਰੇਕ ਲਗਾ ਦਿੱਤੀ। ਪਿੱਛੋਂ ਆ ਰਹੀਆਂ ਚਾਰ ਕਾਰਾਂ ਇੱਕ ਦੂਜੀ ਦੇ ਵਿੱਚ ਵੱਜੀਆਂ ਨੇ। ਕਿਹੜਾ ਪਿੰਡ ਆਪਣਾ? ਪਿੰਡ ਆਪਣਾ ਪੱਦੀ ਖਾਲਸਾ, ਇੱਥੇ ਚਾਚੋ ਕੀ ਮਾਨ ਰਿਸੋਰਟ ਦੇ ਸਾਹਮਣੇ ਲੇਡੀਜ਼ ਡਿੱਗਣ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ, ਉਹਦੇ ਪਿੱਛੇ 6 ਗੱਡੀਆਂ ਲੱਗੀਆਂ। ਮੌਕਾ ਦੇ ਤੇ ਬੰਦੇ ਕਿੱਦਾਂ? ਠੀਕ ਆ? ਬੰਦੇ ਠੀਕ ਆ, ਲੇਡੀਜ਼ ਜਿਹੜੀ ਲੈ ਗਏ ਆ ਹੋਸਪਿਟਲ ਉਹਦਾ ਨਹੀਂ ਹਲੇ ਕੋਈ ਪਤਾ, ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ। ਗੱਡੀਆਂ ਸਭ ਠੀਕ ਆ? ਗੱਡੀਆਂ ਦਾ ਨੁਕਸਾਨ ਹੋਇਆ ਕਾਫੀ, 6 ਗੱਡੀਆਂ ਲੱਗੀਆਂ। ਪਹਿਲਾਂ ਕੀ ਹੈ ਜਿਹੜਾ ਐਕਸੀਡੈਂਟ ਪਏ ਸੀਗੇ, ਮੋਹਰੇ ਬ੍ਰੇਕਾਂ ਲਾਈਆਂ 2 ਗੱਡੀਆਂ ਨੇ, ਕੋਈ ਜਨਾਨੀ ਡੇਗੀ। ਅੱਛਾ ਜੀ। ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ। ਕਿੰਨੀਆਂ ਗੱਡੀਆਂ ਲੱਗੀਆਂ ਵਿੱਚ? 10 ਗੱਡੀਆਂ ਹੀ ਲੱਗੀਆਂ, 15। ਅੱਛਾ ਜੀ। ਇੱਕ ਤਾਂ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ, ਉਹ ਵੀ ਬਚ ਗਏ। ਅੱਛਾ ਜੀ। ਤੇ ਦੂਸਰੇ ਇੱਥੇ ਲੈ ਗਏ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਹਾਂਜੀ, ਅਸੀਂ ਬਲੌਰ ਜਾ ਰਹੇ। ਆਏ ਕਿੱਧਰੋਂ ਸੀਗੇ? ਅਸੀਂ ਬਿਆਸ ਤੋਂ ਆਏ ਹਾਂ। ਬਿਆਸ ਤੋਂ? ਤੇ ਸੱਟ ਚੋਟ ਤਾਂ ਨਹੀਂ ਲੱਗੀ? ਨਹੀਂ, ਬਚਾਅ ਹੋ ਗਿਆ, ਥੋੜ੍ਹਾ ਜਿਹਾ ਗੱਡੀ 'ਚ ਉਹ ਹੋਇਆ, ਮੋਢੇ ਮਾਢੇ ਗਏ। ਹਾਂਜੀ, ਬਾਬਾ ਜੀ ਨੇ ਮੇਰ ਕਰਤੀ ਸਹੁਰੇ ਦੇ ਪੁੱਤ। ਹਾਈਵੇ 'ਤੇ ਐਕਸੀਡੈਂਟ ਹੋਇਆ ਸੀ। ਹਾਂਜੀ, ਮੌਕੇ 'ਚ ਆਏ ਘਰੋਂ ਆਇਆ ਸੀ, ਆ ਕੇ ਗੱਡੀਆਂ ਦਾ ਨੁਕਸਾਨ ਆ, ਲਾਂਭੇ ਕਰਾਈਆਂ ਗਈਆਂ ਸਭ, ਉਹਦੇ ਰੋਡ ਟ੍ਰੈਫਿਕ ਚਾਲੂ ਕੀਤਾ। ਸਰ ਸਵਾਰੀ ਵਗੈਰਾ ਠੀਕ ਆ ਸਰ? ਹਾਂਜੀ, ਬਾਕੀ ਸਭ। ਅਤੇ ਗੱਡੀਆਂ ਦਾ ਨੁਕਸਾਨ ਹੋਇਆ? ਗੱਡੀਆਂ ਨੁਕਸਾਨ। ਕਿੰਨੀਆਂ ਗੱਡੀਆਂ ਲੱਗੀਆਂ ਜੀ? 5 ਗੱਡੀਆਂ ਨੇ। ਅਤੇ ਜਿਹੜੀਆਂ ਗੱਡੀ 'ਤੇ ਗੱਡੀ ਚੜੀ ਹੈ, ਕਾਰਨ ਕੀ ਸੀਗਾ? ਇੱਕ ਦੂਜੇ 'ਤੇ ਚੜ ਗਈਆਂ ਜਿਹੜੀਆਂ ਗੱਡੀਆਂ? ਇਹ ਨਹੀਂ ਸਾਨੂੰ ਪਤਾ, ਇਹ ਮੌਕੇ ਦੇ ਵਿੱਚ। ਇਹ ਸਪੀਡ ਕਿੰਨੀ ਕੁ ਸੀ ਇਹਨਾਂ ਦੀ? ਅਸੀਂ ਮੌਕੇ ਬਾਅਦ 'ਚ ਆਏ ਸਪੀਡ ਦਾ। ਅਤੇ ਕੋਈ ਹਸਪਤਾਲ ਵੀ ਗਿਆ ਇਹਨਾਂ 'ਚੋਂ ਕਿ ਸਾਰੇ ਸਹੀ ਆ? ਨਹੀਂ, ਸਾਰੇ ਸਹੀ ਹੈ।